ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ, ਸੰਗਠਨ ਦੇ ਇੰਚਾਰਜ ਸਰਦਾਰ ਜਰਨੈਲ ਸਿੰਘ ਜੀ ਵੱਲੋਂ, ਸਹਿ ਇੰਚਾਰਜ ਅਤੇ ਰਾਜ ਸਭਾ ਮੈਂਬਰ ਸ਼੍ਰੀ ਰਾਘਵ ਚੱਡਾ ਜੀ ਵੱਲੋਂ ਅਤੇ ਸਮੁੱਚੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ, ਜੋ ਮੈਨੂੰ ਇਸ ਨਵਾਣੇ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾ ਕੇ ਜਿਹੜੀ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ, ਉਹਦੇ ਲਈ ਮੈਂ ਸਮੁੱਚੀ ਆਮ ਆਦਮੀ ਪਾਰਟੀ ਦਾ, ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ। ਅੱਜ ਮੇਰੇ ਨਗਰ ਦੇ ਸਾਰੇ ਸਤਿਕਾਰਯੋਗ ਮੋਹਤਬਰ ਸੱਜਣ, ਮੇਰੀਆਂ ਮਾਤਾਵਾਂ, ਭੈਣਾਂ, ਚਾਚੀਆਂ, ਤਾਈਆਂ, ਮੇਰੇ ਨਾਲ ਦੇ ਸਾਥੀ, ਜਿਨ੍ਹਾਂ ਨੇ ਦਿਨ ਰਾਤ ਇਸ ਪਾਰਟੀ ਨੂੰ ਖੜ੍ਹਾ ਕਰਨ ਦੇ ਲਈ, ਇਸ ਮੂਵਮੈਂਟ ਨੂੰ, ਇਸ ਅੰਦੋਲਨ ਨੂੰ ਜਿਹੜਾ ਆਪਣੇ ਘਰ ਮੁੰਦੇ ਕਰਕੇ ਇੱਕ ਤਰ੍ਹਾਂ ਦੇ ਨਾਲ ਤਨ ਮਨ ਧਨ ਦੇ ਨਾਲ ਜਿਹੜਾ ਆਪਣੇ ਖੂਨ ਪਸੀਨੇ ਦੇ ਨਾਲ ਸਿੰਜਿਆ, ਉਹਨਾਂ ਸਾਰੇ ਸੱਜਣਾਂ ਦਾ, ਇਹ ਸਾਰੇ ਸੱਜਣ ਮੈਨੂੰ ਮੇਰੇ ਗ੍ਰਹਿ ਵਿਖੇ, ਮੇਰੇ ਘਰ ਵਿਖੇ ਵਧਾਈਆਂ ਦੇਣ ਦੇ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਸੋ ਇਸ ਨਵਾਣੇ ਦੀ ਕੁੱਲੀ ਦੇ ਵਿੱਚ ਇਹਨਾਂ ਨੇ ਜਿਹੜੇ ਪੈਰ ਪਾਏ ਨੇ, ਮੈਂ ਇਹਨਾਂ ਦਾ ਇੱਕ ਇੱਕ ਚੱਲਿਆ ਕਦਮ ਮੇਰੇ ਸਿਰ ਮੱਥੇ, ਮੇਰੇ ਪਰਿਵਾਰ ਦੇ ਸਿਰ ਮੱਥੇ, ਮੈਂ ਸਮੁੱਚੇ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਦਾ, ਪਿੰਡ ਦੇ ਸਾਰੇ ਸਤਿਕਾਰਯੋਗ ਮੋਹਤਬਰ ਸੱਜਣਾਂ ਦਾ, ਚਾਚੀਆਂ, ਤਾਈਆਂ, ਭੈਣਾਂ, ਭਰਾਵਾਂ, ਯਾਰਾਂ, ਦੋਸਤਾਂ ਦਾ ਔਰ ਸਮੁੱਚੀ ਲੀਡਰਸ਼ਿਪ ਦਾ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਕੋਟ-ਕੋਟ ਧੰਨਵਾਦ ਕਰਦਾ। ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਜਿਹੜਾ ਮਾਣ ਸਤਿਕਾਰ ਦੇ ਕੇ ਇਸ ਨਵਾਣੇ ਨੂੰ ਮਾਣ ਬਖਸ਼ਿਆ, ਉਹਦੇ ਲਈ ਮੈਂ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇੱਥੇ ਮੈਂ ਵਿਰਾਮ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ।